ਅੱਜ ਜਿਹੜੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ, ਕਹਾਣੀ ਦੇ ਵਿੱਚ ਆਪਾਂ ਜਿਵੇਂ ਅੱਗੇ ਵਧਾਂਗੇ ਤੇ ਜਿਹੜੇ ਦੇ ਵਿੱਚ ਖੁਲਾਸੇ ਹੋਣਗੇ। ਕਈ ਵਾਰ ਇਹੋ ਜੀਆਂ ਸਟੋਰੀਆਂ ਜਾਂ ਇਹੋ ਜੀਆਂ ਗੱਲਾਂ ਦਾ ਪਤਾ ਲੱਗਦਾ ਸਮਾਜ ਦੇ ਵਿੱਚ ਤਾਂ ਲੋਕ ਕਿਤੇ ਨਾ ਕਿਤੇ ਆਪਣੇ ਬੱਚਿਆਂ ਤੋਂ ਵੀ ਡਰਨ ਲੱਗ ਜਾਂਦੇ। ਕਹਾਣੀ ਦੀ ਸ਼ੁਰੂਆਤ ਕਰਦੇ ਹਾਂ ਪੰਜਾਬ, ਪੰਜਾਬ ਦਾ ਜ਼ਿਲ੍ਹਾ ਗੁਰਦਾਸਪੁਰ। ਗੁਰਦਾਸਪੁਰ ਦੇ ਵਿੱਚ ਪੈਂਦਾ ਪਿੰਡ ਬੱਲ, ਉੱਥੋਂ ਦੀ ਇਹ ਘਟਨਾ। ਉਸ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ, ਬਲਵਿੰਦਰ ਸਿੰਘ, ਜੋ ਕਿ ਪੰਜਾਬ ਪੁਲਿਸ ਦੇ ਵਿੱਚ ਹੈੱਡ ਕਾਂਸਟੇਬਲ ਸੀ, ਆਪਣੀ ਸੇਵਾ ਨਿਭਾ ਰਹੇ ਸੀ। ਅਤੇ ਉਹਨਾਂ ਦੀ ਪਤਨੀ ਪਰਮਜੀਤ ਕੌਰ ਅਤੇ ਬੇਟੀ ਹਰਮੀਤ ਕੌਰ, ਇਹ ਤਿੰਨ ਜਣਿਆਂ ਦਾ ਪਰਿਵਾਰ ਸੀ। ਕਿਉਂਕਿ ਪਲਵਿੰਦਰ ਸਿੰਘ ਦੀ ਇੱਕੋ ਇੱਕ ਬੇਟੀ ਸੀ ਅਤੇ ਉਹਨੂੰ ਬਹੁਤ ਹੀ ਲਾਡਾਂ ਚਾਵਾਂ ਦੇ ਨਾਲ ਉਹ ਪਾਲਦੇ ਨੇ, ਮੁੰਡਿਆਂ ਤੋਂ ਵੱਧ ਪਿਆਰ ਉਹ ਆਪਣੀ ਬੇਟੀ ਨੂੰ ਕਰਦੇ ਨੇ। ਕਿਉਂਕਿ ਇੱਕ ਉਹੀ ਇਹਨਾਂ ਦਾ ਜਿਹੜਾ ਸਹਾਰਾ ਸੀ, ਉਹੀ ਅੱਖਾਂ ਦਾ ਤਾਰਾ ਸੀ। ਉਹਨੂੰ ਇਹ ਬਹੁਤ ਵੱਡਾ ਅਫਸਰ ਬਣਾਉਣਾ ਚਾਹੁੰਦੇ ਸੀ, ਉਹਨੂੰ IPS ਅਫਸਰ ਬਣਾਉਣਾ ਚਾਹੁੰਦੇ ਸੀ। ਉਹਦੇ ਹੀ ਤਹਿਤ ਉਹਨੂੰ ਚੰਗੇ ਸਕੂਲਾਂ ਦੇ ਵਿੱਚ ਪੜ੍ਹਾਇਆ ਜਾਂਦਾ, ਚੰਗੇ ਕਾਲਜ ਦੇ ਵਿੱਚ ਪੜ੍ਹਾਇਆ ਜਾਂਦਾ। ਉਹਨੂੰ ਕਿਸੇ ਵੀ ਗੱਲ ਦੀ ਕੋਈ ਰੋਕ ਟੋਕ ਨਹੀਂ ਹੁੰਦੀ, ਕਿਸੇ ਖਰਚੇ ਦੀ ਰੋਕ ਟੋਕ ਨਹੀਂ ਹੁੰਦੀ, ਉਹਨੂੰ ਹਰ ਗੱਲ ਦੀ ਆਜ਼ਾਦੀ ਹੁੰਦੀ ਹੈ, ਕਿਉਂਕਿ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦੇ। ਪਰ 29 ਅਗਸਤ 2016 ਨੂੰ ਇਸ ਪਰਿਵਾਰ ਨਾਲ ਇੱਕ ਐਸੀ ਘਟਨਾ ਵਾਪਰਦੀ ਹੈ ਕਿ ਇਹ ਕਿਸੇ ਵੀ ਪਰਿਵਾਰ ਵਾਸਤੇ ਬਹੁਤ ਵੱਡੀ ਦੁਖਦ ਘਟਨਾ ਹੈ। ਅਤੇ ਇਹ ਕਹਾਣੀ ਸੁਣਨ ਤੋਂ ਬਾਅਦ ਬੰਦਾ ਇਹ ਹੀ ਕਹਿੰਦਾ ਵੀ ਐਸੀ ਔਲਾਦ ਨਾਲੋਂ ਬੰਦਾ ਬੇਔਲਾਦ ਹੀ ਚੰਗਾ। ਉਸ ਦਿਨ ਕੀ ਹੁੰਦਾ, ਜਿਹੜਾ ਪਲਵਿੰਦਰ ਸਿੰਘ ਹੁੰਦਾ ਇਹ ਆਪਣੇ ਘਰ ਦੇ ਵਿੱਚ ਸੁੱਤਾ ਪਿਆ ਹੁੰਦਾ, ਅਤੇ ਰਾਤ ਨੂੰ ਜਿਹੜੀ ਪਰਮਜੀਤ ਹੁੰਦੀ ਹੈ ਪਲਵਿੰਦਰ ਸਿੰਘ ਦੀ ਪਤਨੀ, ਉਹਨਾਂ ਨੂੰ ਕੋਈ ਆਵਾਜ਼ ਆਉਂਦੀ ਹੈ ਖੁਸਰ ਪੁਸਰ ਦੀ, ਤਾਂ ਭੱਜ ਕੇ ਦੇਖਦੇ ਨੇ ਆਪਣੇ ਪਤੀ ਕੋਲ ਜਾਂਦੇ ਨੇ। ਅਤੇ ਜਿਹੜਾ ਉਹਦਾ ਪਤੀ ਹੁੰਦਾ ਉਹਦਾ ਦਰਦ ਨਾਲ ਬੁਰਾ ਹਾਲ ਹੁੰਦਾ, ਉਹ ਆਪਣੀ ਛਾਤੀ ਪਿੱਟ ਰਿਹਾ ਹੁੰਦਾ, ਅਤੇ ਉਹ ਉਹਨਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੀ, ਉਹਨਾਂ ਦੇ ਮੂੰਹ 'ਚੋਂ ਕੋਈ ਵੀ ਆਵਾਜ਼ ਨਹੀਂ ਨਿਕਲਦੀ, ਤਾਂ ਉਹ ਫਟਾਫਟ ਜਾਂਦੀ ਆਪਣੇ ਨਾਲ ਹੀ ਉਹਦੇ ਜੇਠ ਦਾ ਘਰ ਹੁੰਦਾ। ਜੇਠ ਵੀ ਆ ਜਾਂਦਾ ਅਤੇ ਜੇਠ ਦਾ ਲੜਕਾ ਵੀ ਆ ਜਾਂਦਾ, ਜਿੰਨੇ ਨੂੰ ਆਉਂਦੇ ਨੇ ਉਹਨੇ ਚਿਰ ਨੂੰ ਜਿਹੜਾ ਬਲਵਿੰਦਰ ਸਿੰਘ ਹੁੰਦਾ ਉਹ ਹਿੱਲ ਨਹੀਂ ਰਿਹਾ ਹੁੰਦਾ, ਹਿੱਲ ਜੁੱਲ ਉਹਨਾਂ ਦੇ ਸਰੀਰ ਵਿੱਚ ਨਹੀਂ ਹੁੰਦੀ, ਪਰ ਫਟਾਫਟ ਗੱਡੀ ਵਿੱਚ ਪਾ ਕੇ ਉਹਨਾਂ ਨੂੰ ਹੋਸਪਿਟਲ ਲਿਜਾਇਆ ਜਾਂਦਾ। ਅਤੇ ਹੋਸਪਿਟਲ ਦੇ ਵਿੱਚ ਜਾਂਦਿਆਂ ਇਹਨਾਂ ਦਾ ਕਹਿਣਾ ਹੁੰਦਾ ਵੀ ਇਹਨੂੰ ਹਾਰਟ ਅਟੈਕ ਆਇਆ, ਜਿਹੜੀ ਬਲਵਿੰਦਰ ਸਿੰਘ ਦੀ ਪਤਨੀ ਹੁੰਦੀ ਹੈ ਪਰਮਜੀਤ ਕੌਰ। ਹੁਣ ਡਾਕਟਰ ਦੇਖਦੇ ਨੇ, ਕਿਉਂਕਿ ਡਾਕਟਰਾਂ ਦਾ ਤਾਂ ਕੰਮ ਹੀ ਰੋਜ਼ ਦਾ, ਉਹਨਾਂ ਨੂੰ ਦੇਖਣ ਸਾਰ ਹੀ ਪਤਾ ਲੱਗ ਜਾਂਦਾ ਵੀ ਜਿਹੜਾ ਇਹ ਕੇਸ ਹੈ ਇਹ ਹਾਰਟ ਅਟੈਕ ਦਾ ਨਹੀਂ, ਕਿਉਂਕਿ ਬਹੁਤ ਜ਼ਿਆਦਾ ਜਿਹੜਾ ਖੂਨ ਹੈ ਉਹ ਉਹਨਾਂ ਦੇ ਸਰੀਰ 'ਤੇ ਲੱਗਿਆ ਹੁੰਦਾ, ਖੂਨ ਵਗ ਰਿਹਾ ਹੁੰਦਾ, ਕਿ ਹਾਰਟ ਅਟੈਕ ਦੇ ਵਿੱਚ ਇੰਨਾ ਖੂਨ ਨਹੀਂ ਆਉਂਦਾ। ਪਰ ਚਲੋ ਉਹ ਦੇਖਦੇ ਨੇ ਤਾਂ ਦੇਖ ਕੇ ਉਹ ਦੱਸਦੇ ਨੇ ਵੀ ਇਹ ਜਿਹੜਾ ਬੰਦਾ ਇਹਦੀ ਜਿਹੜੀ ਡੈਥ ਹੋ ਚੁੱਕੀ ਹੈ। ਹੁਣ ਉੱਥੇ ਪਰਿਵਾਰ ਦਾ ਰੋਣਾ ਪਿੱਟਣਾ ਸ਼ੁਰੂ ਹੋ ਜਾਂਦਾ, ਚੀਖ ਪੁਕਾਰ ਮੱਚ ਜਾਂਦੀ ਹੈ ਉੱਥੇ ਵੀ ਚੰਗਾ ਭਲਾ ਇੱਕ ਆਪਣੀ ਡਿਊਟੀ ਤੋਂ ਆਉਂਦੇ ਨੇ ਛੁੱਟੀ 'ਤੇ ਅਤੇ ਇੱਥੇ ਘਰ ਦੇ ਵਿੱਚ ਉਹਨਾਂ ਦੀ ਜਿਹੜੀ ਮੌਤ ਹੋ ਗਈ। ਹੁਣ ਉਹਨਾਂ ਦੀ ਪਤਨੀ ਦਾ ਕਹਿਣਾ ਹੁੰਦਾ ਵੀ ਜਿਹੜੀ ਇਹ ਹਾਰਟ ਅਟੈਕ ਨਾਲ ਮੌਤ ਹੋਈ ਹੈ, ਪਰ ਡਾਕਟਰ ਕਹਿੰਦੇ ਨੇ ਵੀ ਨਹੀਂ, ਇਹ ਜਿਹੜੀ ਹੈ ਪੁਲਿਸ ਕੇਸ ਹੈ, ਇਹਦਾ ਕਤਲ ਹੋਇਆ, ਇਹਦੀਆਂ ਗਲੇ ਦੀਆਂ ਨਸਾਂ ਕੱਟੀਆਂ ਹੋਈਆਂ ਨੇ। ਹਾਲਾਂਕਿ ਪਰਮਜੀਤ ਦੀ ਅਤੇ ਡਾਕਟਰਾਂ ਦੀ ਕਾਫੀ ਬਹਿਸ ਹੁੰਦੀ ਹੈ, ਪਰ ਡਾਕਟਰ ਨਹੀਂ ਮੰਨਦੇ, ਡਾਕਟਰ ਪੁਲਿਸ ਨੂੰ ਫੋਨ ਕਰ ਦਿੰਦੇ ਨੇ। ਇਹਨਾਂ ਦੀ ਬੇਟੀ ਵੀ ਬਹਿਸ ਕਰਦੀ ਹੈ ਅਤੇ ਡਾਕਟਰ ਕਹਿੰਦੇ ਨੇ ਵੀ ਪੁਲਿਸ ਕੇਸ ਹੈ, ਹੁਣ ਪੁਲਿਸ ਆ ਜਾਂਦੀ ਹੈ। ਤਾਂ ਪੁਲਿਸ ਹੁਣ ਸਭ ਤੋਂ ਪਹਿਲਾਂ ਦੇਖਦੀ ਹੈ, ਡਾਕਟਰਾਂ ਨੂੰ ਪੁੱਛਦੀ ਹੈ, ਤਾਂ ਡਾਕਟਰ ਕਹਿੰਦੇ ਨੇ ਵੀ ਇਹ ਜਿਹੜਾ ਕਤਲ ਦਾ ਕੇਸ ਲੱਗਦਾ ਇਹਦੀਆਂ ਨਸਾਂ ਕੱਟੀਆਂ ਹੋਈਆਂ। ਹੁਣ ਪੁਲਿਸ ਕਹਿੰਦੀ ਵੀ ਇਹਦਾ ਪੋਸਟਮਾਰਟਮ ਹੋਏਗਾ। ਹਾਲਾਂਕਿ ਜਿਹੜੀ ਉਹਨਾਂ ਦੀ ਪਤਨੀ ਪਰਮਜੀਤ ਹੁੰਦੀ ਹੈ ਅਤੇ ਬੇਟੀ ਹਰਮੀਤ ਕੌਰ ਕਾਫੀ ਬਹਿਸ ਕਰਦੀਆਂ ਨੇ ਪੁਲਿਸ ਨਾਲ ਵੀ, ਪਰ ਪੁਲਿਸ ਦਾ ਕਹਿਣਾ ਹੁੰਦਾ ਪੁਲਿਸ ਮੁਲਾਜ਼ਮ ਹੈ, ਇਹਦੀ ਜਿਹੜੀ ਹੈ ਤਫਤੀਸ਼ ਹੋਏਗੀ, ਉਦੋਂ ਬਾਅਦ ਹੀ ਲਾਸ਼ ਤੁਹਾਨੂੰ ਮਿਲੇਗੀ। ਹੁਣ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ। ਪੋਸਟਮਾਰਟਮ ਦੀ ਰਿਪੋਰਟ ਹਜੇ ਆਉਣੀ ਹੁੰਦੀ ਹੈ, ਪਰ ਜਿਹੜੀ ਪੁਲਿਸ ਹੁੰਦੀ ਹੈ ਉਹ ਤਫਤੀਸ਼ ਸ਼ੁਰੂ ਕਰ ਦਿੰਦੀ ਹੈ ਇੱਕ ਪੁਲਿਸ ਮੁਲਾਜ਼ਮ ਦਾ ਜਿਹੜਾ ਕਤਲ ਹੋਇਆ ਹੁੰਦਾ। ਹੁਣ ਸਭ ਤੋਂ ਪਹਿਲਾਂ ਉਹ ਪਲਵਿੰਦਰ ਸਿੰਘ ਦੇ ਘਰੇ ਜਾਂਦੇ ਨੇ, ਨਾਲ ਉਹਨਾਂ ਦੇ ਪਰਿਵਾਰ ਨੂੰ ਲੈ ਕੇ। ਉੱਥੇ ਜਦੋਂ ਜਾ ਕੇ ਦੇਖਦੇ ਨੇ ਜਿੱਥੇ ਸੁੱਤਾ ਪਿਆ ਸੀ ਪਲਵਿੰਦਰ ਸਿੰਘ, ਉਹਨਾਂ ਦਾ ਜਿਹੜਾ ਬਿਸਤਰਾ ਹੁੰਦਾ ਉੱਥੇ ਕਾਫੀ ਖੂਨ ਹੁੰਦਾ, ਤਾਂ ਇਹਦੇ ਬਾਰੇ ਪੁੱਛਦੇ ਨੇ। ਤਾਂ ਪਰਮਜੀਤ ਕੌਰ ਦਾ ਕਹਿਣਾ ਹੁੰਦਾ ਵੀ ਜਦੋਂ ਰਾਤ ਨੂੰ ਮੈਨੂੰ ਆਵਾਜ਼ ਆਈ, ਮੈਂ ਭੱਜ ਕੇ ਗਈ, ਉਹ ਆਪਣੀ ਛਾਤੀ ਪਿੱਟ ਰਹੇ ਸੀ ਅਤੇ ਉਹਨਾਂ ਦੇ ਮੂੰਹ 'ਚੋਂ ਅਤੇ ਨੱਕ 'ਚੋਂ ਖੂਨ ਆ ਰਿਹਾ ਸੀ, ਤਾਂ ਮੈਂ ਸੋਚਿਆ ਵੀ ਸ਼ਾਇਦ ਹਾਰਟ ਅਟੈਕ ਕਰਕੇ ਖੂਨ ਇਹਨਾਂ ਦੇ ਮੂੰਹ ਦੇ ਵਿੱਚੋਂ ਆਇਆ। ਹੁਣ ਪੁਲਿਸ ਸਮਝਦੀ ਵੀ ਜਾਂ ਤਾਂ ਇਹ ਝੂਠ ਬੋਲ ਰਹੀ ਹੈ ਅਤੇ ਜਾਂ ਇਹਨੂੰ ਪਤਾ ਨਹੀਂ, ਤਾਂ ਉਹ ਕਹਿੰਦੀ ਹਾਰਟ ਅਟੈਕ ਇਹਨੂੰ ਆਇਆ, ਹਾਰਟ ਅਟੈਕ ਕਰਕੇ ਜਿਹੜਾ ਖੂਨ ਆਇਆ। ਪਰ ਹੁਣ ਪੋਸਟਮਾਰਟਮ ਦੀ ਰਿਪੋਰਟ ਆਉਣੀ ਹੁੰਦੀ ਹੈ ਅਤੇ ਪੁਲਿਸ ਜਿਹੜੀ ਆਂਢੀਆਂ ਗੁਆਂਢੀਆਂ ਤੋਂ ਪੁੱਛਗਿੱਛ ਕਰਦੀ ਹੈ ਅਤੇ ਨਾ ਮਾਵਾਂ ਧੀਆਂ ਤੋਂ ਵੀ ਪੁੱਛਗਿੱਛ ਕਰਦੀ ਹੈ, ਪਰ ਪੁਲਿਸ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਜਿਹੜਾ ਉੱਥੇ ਤੱਥ ਤਾਂ ਨਹੀਂ ਮਿਲਦਾ, ਅੱਗੇ ਸੁਰਾਖ ਵੀ ਨਹੀਂ ਮਿਲਦਾ, ਪਰ ਪੁਲਿਸ ਦੇ ਅੰਦਰ ਸ਼ੱਕ ਜ਼ਰੂਰ ਹੁੰਦਾ ਵੀ ਕੋਈ ਮਾਮਲਾ ਗੜਬੜ ਹੈ। ਹੁਣ ਜਿਹੜੀ ਪੁਲਿਸ ਹੈ ਇੱਕ ਟੀਮ ਦਾ ਗਠਨ ਕਰਦੀ ਹੈ ਅਤੇ ਉਦੋਂ ਬਾਅਦ ਇਹਦੀ ਤਹਿਕੀਕਾਤ ਕੀਤੀ ਜਾਂਦੀ ਹੈ ਬੜੀ ਗਹਿਰਾਈ ਦੇ ਨਾਲ। ਤਾਂ ਪੁਲਿਸ ਨੂੰ ਪਤਾ ਲੱਗ ਜਾਂਦਾ ਵੀ ਜਿਹੜੀ ਹਰਮੀਤ ਕੌਰ ਇਹਨਾਂ ਦੀ ਬੇਟੀ ਹੈ ਇਹਦੇ ਕਿਸੇ ਮੁੰਡੇ ਦੇ ਨਾਲ ਨਜਾਇਜ਼ ਸੰਬੰਧ ਨੇ। ਹੁਣ ਪੁਲਿਸ ਇਸ ਗੱਲ 'ਤੇ ਅੱਗੇ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਵੀ ਇੱਕ ਗੁਰਪ੍ਰੀਤ ਸਿੰਘ ਗੋਪੀ ਨਾਮ ਦਾ ਲੜਕਾ ਜਿਹਦੇ ਨਾਲ ਹਰਮੀਤ ਕੌਰ ਦੇ ਨਜਾਇਜ਼ ਸੰਬੰਧ ਨੇ। ਫਿਰ ਜਿਹੜੀ
पोस्टमार्टम की रिपोर्ट होंगी वह भी आ जाती है। तो पोस्टमार्टम की रिपोर्ट के आता भी गले ते किसी चीज़ नाल वार किया गया, नसा कटन दे नाल जिहड़ी है पलविंदर सिंह की मौत हुई है। फिर जिहड़ा शक हुंदा उन्हां दी बेटी ते पत्नी वल जांदा, दोनों नूं तफतीश लई थाने बुलाया जांदा, उत्थे इन्हां तों पुछगिछ की जाती है। पर यह कोई भी गल नहीं मानदियां, ये उही स्टोरी दसदियां ने जिहड़ी इन्हां ने पहली दसी है सी। फिर पुलिस जिहड़ी अपने हिसाब नाल पुछगिछ करती है, तो पुलिस जो अपने हिसाब नाल पुछगिछ करती है तो फिर गूंगे भी बोलते हैं, फिर हरमीत कौर भी बोलती है, तो जिन्हों सुन के जिहड़ी गल वो दसदी है उन्हों सुन के बंदा यही कह सकता है भी ऐसी औलाद तो बंदा बे औलाद चंगा। जिहड़े सुनने वाले सी उन्हां दे भी होश उड़ जांदे। हुण उहदे मुताबिक जिहड़ी कहानी निकल के बाहर आउंदी है वह इस तरह हुंदी है भी पलविंदर सिंह जिहड़े सी उन्हां दी ड्यूटी बाहर हुंदी है, वह बहुत महीना महीना डेढ़ डेढ़ महीने बाद घर आउंदे सी, ते जिहड़ियां मावां दियां ने घर कल्लियां हुंदियां ने परमजीत कौर ते हरमीत कौर। हुण पलविंदर सिंह एक एक पैसा जोड़दे ने अपनी बेटी की पढ़ाई वास्ते, उन्होंने IPS अफसर बनाना चाहते सी, पैसा इकट्ठा करते हैं तो उन्होंने वधिया स्कूलों च भी पढ़ाते हैं, वधिया कॉलेज भी पढ़ाते हैं, तो उन्होंने समझाते भी ने भी देख IPS अफसर बनने वास्ते तेरी जिहड़ी है निगाह तेरा लक्ष्य इक्को जगह होना चाहिए, ये जमाना बहुत खराब है, तू किसी चीज़ वाल ध्यान नहीं देना। पर जिहड़ी हरमीत हुंदी है जदों कॉलेज जाती है उत्थे इहदी दोस्ती गुरप्रीत गोपी नाम के लड़के नाल हुंदी है, जिहड़ी दोस्ती है वह हौली हौली प्यार विच बदल जाती है, तो बहुत जल्दी 18-19 साल की हरमीत कौर हुंदी है इन्हां दे रिलेशन बन जाते हैं, नजायज़ संबंध इन्हां दे बन जाते हैं। हुण इहनूं ऐसी आदत पैंदी है यह बाहर मिलना, उदू बाद क्योंकि पलविंदर सिंह बाहर रहिंदे ने ज़्यादातर उन्हूं अपने घर भी बुलाना शुरू कर देंदी है। हुण एक कमरे के अड हरमीत सौंदी सी, एक दे विच माँ, तो यह अपनी माँ तो चोरी अपने कमरे के रोज़ जिहड़ा गुरप्रीत सिंह गोपी नूं बुलाना शुरू कर देंदी है। ऐसियां गल्लां लुकियां रहिंदियां नहीं, एक पलविंदर नूं पता लगता इस गल का, पलविंदर झिड़कदा उन्हूं समझांदा भी है, पर जिहड़ी हरमीत कौर है ये बहुत अगे लंघ चुकी हुंदी है क्योंकि इहनूं लाड़ प्यार इन्ना मिलिया हुंदा, हुण इह जिद्दी भी हो जाती है, तो इन्ना किसी नूं समझाना चंगा नहीं लगता, उल्टा उन्हूं अपना दुश्मन लगन लग जाता। एक दिन इन्हां नूं रंगे हत्थी भी फड़ लिया जाता पलविंदर सिंह वल्लों, उदन मारिया भी जाता हरप्रीत नूं, जिहड़े एक दो थप्पड़ मारे जाते हैं, हुण इहनूं अपना प्यो जिहड़ा दुश्मन लगन लग जाता, हुण इहदे दिमाग दे विच एक खतरनाक प्लान जिहड़ा जन्म लैंदा। तो एक गुरप्रीत सिंह गोपी नूं कहिंदी है भी जे आपां इकट्ठे होना है तां जिहड़ा मेरा प्यो है इहनूं रस्ते चों हटाउणा पएगा, पहलां तों भज्जण दी सोचदे ने, पर जिहड़ा गोपी हुंदा उह कहिंदा जे आपां भज्जे किते जे आपां किते होर जा के रहे तां आपां नूं पैसे दी जरूरत पवेगी। जिहड़ी हरमीत हुंदी है उह कहिंदी है भी मेरे वास्ते मेरे प्यो ने बहुत पैसा जोड़िया तो उहदी टेंशन ना लै। इह कई वार भज्जण दी तैयारी करदे ने पर हरमीत सिंह दे हत्थ कुछ नहीं लगदा तो इहनां दा जिहड़ा प्लान है कैंसल हो जांदा। फिर हरमीत एक होर खतरनाक प्लान नूं जन्म दिंदी है, वह कहती है भी जे मेरा प्यो ही ना रहा यदि सारी जायदाद मैं कली हाँ, यह सारी जायदाद मेरी है तो आप दोनों इतें ही ऐश करांगे, तो जे हुण मेरा प्यो रस्ते दे विचों हट जाए, क्योंकि रिश्ते वास्ते माँ तैयार होंदी है पर प्यो तैयार नहीं होंदा। हुण वह प्यो नूं रस्ते चों हटाने की जिहड़ी साजिश चलनी शुरू कर देंदी है, कई बार उन्हूं उहदी सर्विस रिवाल्वर नाल मारन की भी यह सोचती है भी कह दिए कोई आ के गोली मार गया, होर भी कई तरीके सोचे जाते हैं। पर फिर एक दिन जिहड़ा आया हुंदा पलविंदर सिंह उहनूं उहदे घर विच ही मारन की प्लानिंग की जाती है, जदों सुते पए हुंदे ने तो इहदे वल्लों गुरप्रीत सिंह गोपी नूं बुलाया जांदा, तो गुरप्रीत सिंह उहदे नाल उहदा दोस्त मनजिंदर सिंह रात नूं घरे आउंदे ने हरमीत कौर दे, उत्थे आ के सुते पए पलविंदर सिंह दे गर्दन ते वार कीता जांदा है, तो उदों बाद उत्थों फरार हो जांदे ने। उदों बाद इहनां दा नाटक शुरू हुंदा, तो उदों बाद परमजीत कौर उह वी मानदी है वी मेरी बेटी ने ही कतल कीता अपने बॉयफ्रेंड दे नाल मिल के, मैं जिहड़ा झूठ बोलिया सिर्फ इहनूं बचाउण वास्ते क्योंकि साडी कल्ली कल्ली बेटी सी, मेरा कहना यह है बाकी जो भी है कानून दे हिसाब नाल सारा कुछ, हालांकि परमजीत भी जिहड़ी है बराबर दी हकदार है, जिस पति दे नाल उहने इन्ने साल बिताए, जिस पति ने उहनां लई अपनी जिंदगी है जिहड़ी अपना सुख नहीं वेख्या इहनां नूं सुख देण दी कोशिश कीती, एक एक पैसा इहनां लई कमाया, सारा कुछ इहनां लई कीता, बेटी ने प्यो दा कतल कीता ते पत्नी ने बेटी नूं बचाने की कोशिश की, उन्हूं एक बार यह नहीं आया भी इन्हें मेरे पति का कतल किया, अज पति का कतल किया कल नूं उहदा भी कतल कर सकती जी, जे पुलिस की सूझबूझ दे नाल ना फड़ी जाती तो उन्हूं दूजा कतल भी होर सौखा लगना से। उदू बाद इन्हां ते FIR की जाती है, फिर हरमीत की निशानदेही ते नेड़े पिंड दोस्तपुर तो दोनों गिरफ़्तार किया जाता गुरप्रीत नूं ते उहदे दोस्त मनजिंदर नूं, ते फिर इन्हां कोर्ट दे विच पेश करके जेल भेजा जाता है।
ਤੇ ਇਹ ਸਾਰਾ ਕੁਝ ਇੱਕ ਆਪਾਂ ਪਿਆਰ ਨਹੀਂ ਕਹਿ ਸਕਦੇ, ਪਿਆਰ ਤਾਂ ਉਹ ਪਿਓ ਨੇ ਵੀ ਕੀਤਾ ਸੀ ਜਿਹਨੇ ਪੈਦਾ ਕੀਤਾ, ਪਾਲਿਆ, ਪੋਸਿਆ, ਇੰਨਾ ਵੱਡਾ ਕੀਤਾ, ਸਾਰੇ ਉਹਦੇ ਨਖਰੇ ਉਠਾਏ, ਤੇ ਇੱਕ 4 ਦਿਨ ਦੇ ਪਿਆਰ ਦੇ ਪਿੱਛੇ ਉਹਨੇ ਆਪਣੇ ਪਿਓ ਦਾ ਕਤਲ ਕਰ ਦਿੱਤਾ। ਕੱਲ ਨੂੰ ਕੀ ਗਰੰਟੀ ਸੀ ਵੀ ਉਹ ਗੁਰਪ੍ਰੀਤ ਨੂੰ ਛੱਡਦੀ ਜਾਂ ਆਪਣੀ ਮਾਂ ਨੂੰ ਛੱਡਦੀ? ਇਹ ਪਿਆਰ ਨਹੀਂ ਕਹਿ ਸਕਦੇ। ਹਵਸ ਦੇ ਵਿੱਚ ਅੰਨੀ ਹੋਈ ਇੱਕ ਲੜਕੀ ਨੇ ਕਿੰਨੀਆਂ ਲੜਕੀਆਂ ਦੇ ਜਿਹੜੇ ਫਿਊਚਰ ਤੇ ਉਹਨੇ ਰੋਕੇ ਹੋਣਗੇ, ਕਿੰਨੇ ਮਾਂ ਬਾਪ ਤੇ ਅਸਰ ਪਿਆ ਹੋਣਾ, ਕਿੰਨਿਆਂ ਨੇ ਸੋਚਿਆ ਹੋਣਾ, ਕਿੰਨਿਆਂ ਦੇ ਦਿਮਾਗ 'ਚ ਗਿਆ ਹੋਣਾ ਵੀ ਕੱਲ ਨੂੰ ਸਾਡੀ ਕੁੜੀ ਕੋਈ ਐਸੀ ਵਾਰਦਾਤ ਨਾ ਕਰ ਦੇ। ਤੇ ਫਿਰ ਇੱਕ ਵਾਰ ਉਹੀ ਕਹਾਂਗਾ ਵੀ ਐਸੀ ਔਲਾਦ ਨਾਲੋਂ ਬੰਦਾ ਬੇ ਔਲਾਦ ਚੰਗਾ। ਹਮੇਸ਼ਾ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਿਓ। ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ, ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।